ਮੈਂ ਉਹ ਕਵਰੇਜ ਕਰਨ ਦੇ ਫਿਰ ਜਦੋਂ ਕਰ ਰਿਹਾ ਸੀ ਉਹ ਜਿਹੜਾ ਜਸਪਾਲ ਸਿੰਘ ਸੀ ਨਾ ਏ ਐਸ ਆਈ ਓਮ ਪ੍ਰਕਾਸ਼ ਤੇ ਏ ਐਸ ਆਈ ਅਮਰਨਾਥ ਦੇ ਕੋਲੋਂ ਛੁੱਟ ਕੇ ਭੱਜਣ ਲੱਗ ਗਿਆ। ਅੱਛਾ ਤੁਸੀਂ ਮੇਰੀ ਉਹ ਵੀਡੀਓ ਵੀ ਦੇਖੀ ਹੋਣੀ ਹੈ ਸੁਣੀ ਹੋਣੀ ਮੈਂ ਉਹ ਚ ਉਹਨੂੰ ਕਹਿ ਰਿਹਾ ਤੂੰ ਭੱਜ ਕਿਉਂ ਰਿਹਾ ਠੀਕ ਹੈ ਵੀ ਤੂੰ ਪੁਲਿਸ ਤੂੰ ਗੱਲ ਕਰ ਆਪਣੀ ਜਿਹੜੀ ਕਾਰਵਾਈ ਆਪਣੀ ਕਰੋ ਜਦੋਂ ਤੁਸੀਂ ਕਿਸੇ ਨਾਲ ਗੱਲ ਕਰਦੇ ਹੋ ਤਾਂ ਮਤਲਬ ਫਿਰ ਆਪਣਾ ਪੂਰੀ ਗੱਲ ਕਰੋ ਅਗਲੇ ਨਾਲ। ਹਾਂਜੀ ਹਾਂਜੀ ਤੇ ਉਹ ਏ ਐਸ ਆਈ ਨੇ ਪਤਾ ਨੀ ਉਹਨੂੰ ਕੀ ਆਇਆ ਤੇ ਉਹਨੇ ਮੇਰੇ ਕੋਲੋਂ ਮੋਬਾਈਲ ਖੋਹ ਲਿਆ ਮੇਰਾ ਮੋਬਾਈਲ ਖੋਹ ਕੇ ਉਹਨੇ ਲੁਕੋ ਲਿਆ ਔਰ ਮੇਰਾ ਹੁਣ 20,000 ਰੁਪਏ ਦਾ ਮੇਰਾ ਮੋਬਾਈਲ ਤੇ ਹੁਣ ਗੱਲ ਇਹ ਹੈ ਕਿ ਮੇਰੇ ਮੋਬਾਈਲ ਚ ਮੇਰਾ ਡਾਟਾ ਪਿਆ ਮੇਰੇ ਨੰਬਰ ਪਏ। ਹਾਂਜੀ ਹਾਂਜੀ ਮੈਂ ਉਹਨਾਂ ਨੂੰ ਕਹੀ ਜਾਂਦਾ ਮੈਂ ਪੱਤਰਕਾਰ ਹਾਂ ਯਾਰ ਤੁਸੀਂ ਮੇਰੇ ਨਾਲ ਕਿਉਂ ਕਰਦੇ ਤੁਹਾਡਾ ਕੰਮ ਹੈ ਲਾਅ ਐਂਡ ਆਰਡਰ ਮੇਨਟੇਨ ਕਰਨਾ ਤੁਸੀਂ ਆਪਣਾ ਕੰਮ ਕਰੋ ਮੈਂ ਆਪਣਾ ਕੰਮ ਕਰਦਾ ਠੀਕ ਹੈ ਪਰ ਉਹਨਾਂ ਨੇ ਮੇਰੀ ਇੱਕ ਨਹੀਂ ਸੁਣੀ। ਉਸ ਗੁਰਦੁਆਰੇ ਦੇ ਮਤਲਬ ਉਹਨਾਂ ਨੇ ਤੇ ਨਹੀਂ ਇਹਦੇ ਪਿੱਛੇ ਕੁਛ ਤੁਹਾਡੀ ਸ਼ਿਕਾਇਤ ਕਰਤੀ ਹੋਗੀ ਵੀ ਦੇਖੋ ਜੀ ਇਹ ਵੀਡੀਓ ਬਣਾਉਂਦੇ ਆ ਇਹਨਾਂ ਨੇ ਸਾਡੇ ਖਿਲਾਫ ਬਣਾਈ ਆ ਜਾਂ ਇਦਾਂ ਦੀ ਕੋਈ ਗਲਤ ਨਹੀਂ ਹੈ। ਮੈਨੂੰ ਕੁੱਟਿਆ ਮੈਂ ਆਪਣੀ ਪਿੱਠ ਤੇ ਸਾਰਾ ਜਿਹੜਾ ਤਸ਼ੱਦਦ ਸੀ ਮੈਂ ਸਹਿ ਲਿਆ। ਹਾਂ ਹਾਂ ਪਰ ਇੱਕ ਹਰ ਇੱਕ ਬੰਦਾ ਤਸ਼ੱਦਦ ਨਹੀਂ ਸਹਿ ਸਕਦਾ ਨਹੀਂ ਕਿਉਂਕਿ ਅੱਜ ਕੱਲ ਖੁਰਾਕਾਂ ਵੀ ਨਹੀਂ ਹੋਏਗੀ ਕੰਮ ਵੀ ਨਹੀਂ ਹੋਏਗੀ ਹਰ ਇੱਕ ਬੰਦੇ ਨੂੰ ਜਿਹੜਾ ਕਿ ਬਚਾ ਕੇ ਰਹਿਣਾ ਚਾਹੀਦਾ ਹਰ ਇੱਕ ਬੰਦੇ ਨੂੰ ਸਿਆਣਪ ਨਾਲ ਚੱਲਣਾ ਚਾਹੀਦਾ ਕਿਉਂਕਿ ਪੜ੍ਹੇ ਲਿਖਿਆਂ ਦਾ ਇਹ ਸ਼ਹਿਰ ਹੈਗਾ ਪੜ੍ਹੇ ਲਿਖੇ ਲੋਕ ਨੇ ਇੱਥੇ ਸਾਰੇ ਪਰ ਫਿਰ ਵੀ ਜੇ ਇਹੋ ਜਿਹੀਆਂ ਗੱਲਾਂ ਕਰਦੇ ਨੇ ਤੇ ਉਹਦੇ ਨਾਲ ਦੇਖੋ ਪੁਲਿਸ ਵੀ ਬਦਨਾਮ ਹੁੰਦੀ ਚਾਹੇ ਇੱਕ ਬੰਦੇ ਕਰਕੇ ਇੱਕ ਤੇ ਉਸੇ ਕਰਕੇ ਜੇ ਮੈਂ ਗਲਤ ਕੰਮ ਕਰਾਂਗਾ ਤਾਂ ਮੇਰਾ ਮੀਡੀਆ ਬਦਨਾਮ। ਮੇਰੇ ਤੋਂ ਪਹਿਲਾਂ ਇੱਕ ਸਿਪਾਹੀ ਉਤਰਿਆ ਮੁੰਡਾ ਤੇ ਜਦੋਂ ਮੈਂ ਉਤਰਨ ਲੱਗਾ ਮੇਰਾ ਇੱਕ ਪੈਰ ਗੱਡੀ ਦੇ ਵਿੱਚ ਸੀਗਾ ਸੱਜਾ ਪੈਰ ਤੇ ਖੱਬਾ ਪੈਰ ਮੇਰਾ ਥੱਲੇ ਸੀਗਾ ਜ਼ਮੀਨ ਤੇ ਬਸ ਉਹਨੇ ਉਸੇ ਟਾਈਮ ਹੀ ਮੇਰੀ ਖੱਬੀ ਲੱਤ ਦੇ ਦੋ ਤਿੰਨ ਫਟਾਫਟ ਡਾਂਗਾਂ ਮਾਰਤੀਆਂ ਮੇਰੀ। ਅੱਛਾ ਤੇ ਉਹ ਮੇਰੀ ਖੱਲੀ ਵੀ ਪੈ ਗਈ ਮੇਰੇ ਬਹੁਤ ਸੋਚੀ ਤੇ ਉਸ ਤੋਂ ਬਾਅਦ ਉਹਨੇ ਬਸ ਬੇਤਹਾਸ਼ਾ ਅਣਮਨੁੱਖੀ ਤਸ਼ੱਦਦ ਕਰਦਿਆਂ ਮੇਰੇ ਆਪਣੇ ਜਿਹੜਾ ਕਿ ਡੰਡੇ ਤੇ ਡੰਡਾ ਭਰਾਉਣਾ ਸ਼ੁਰੂ ਕਰਦਾ। ਉਹ ਡੰਡਾ ਭਰਾਉਂਦਾ ਸੀਗਾ ਤੇ ਮੈਂ ਵਾਹਿਗੁਰੂ ਕਹਿੰਦਾ ਸੀਗਾ ਉਹ ਡੰਡਾ ਮਾਰਦਾ ਸੀ ਮੈਂ ਵਾਹਿਗੁਰੂ ਕਹਿੰਦਾ ਸੀਗਾ। ਜਦੋਂ ਮੈਂ ਵੀਡੀਓ ਵਾਇਰਲ ਕਰਤੀ ਹੈ ਤਾਂ ਕਿਤੇ ਜਾ ਕੇ ਬਚਾਵੇ ਤੇ ਸ਼ਾਇਦ ਪਤਾ ਨੀ ਕੀ ਕਹਾਣੀ ਬਣ ਜਾਣੀ। ਉਹਨਾਂ ਨੇ ਮੈਨੂੰ ਕਿਹਾ ਵੀ ਤੂੰ ਫੋਟੋ ਖਿੱਚ ਕੇ ਲਿਆ ਵੀ ਯਾਰ ਆਹ ਕਰਨਾ। ਮੈਂ ਉਹਨਾਂ ਨੂੰ ਇੱਕੋ ਗੱਲ ਕਹੀ ਔਰ ਉਹਨਾਂ ਨੇ ਮੇਰੀ ਭਾਸ਼ਾ ਨੂੰ ਸਮਝਿਆ। ਮੈਂ ਕਿਹਾ ਜੀ ਸਰ ਤੁਹਾਡਾ ਐਂਡ ਆਰਡਰ ਮੇਨਟੇਨ ਕਰਨਾ ਮੇਰਾ ਕੰਮ ਹੈ ਲੋਕਾਂ ਤੱਕ ਗੱਲ ਲੈ ਕੇ ਜਾਣਾ ਬਾਕੀ ਜੇ ਮੈਂ ਤੁਹਾਡੇ ਕੰਮ ਚ ਖਲਲ ਪਾਉਣਾ ਤਾਂ ਤੁਸੀਂ ਮੈਨੂੰ ਕੁਛ ਕਹਿ ਦੋ। ਉਹਨਾਂ ਕਿਹਾ ਵੀ ਨਹੀਂ ਠੀਕ ਹੈ ਤੇ ਜਾਣੀ ਅਗਲੇ ਨੇ ਆਪਣਾ ਕੰਮ ਕੀਤਾ ਮੈਂ ਆਪਣਾ ਕੰਮ ਕੀਤਾ ਕੋਈ ਦਿੱਕਤ ਨਹੀਂ ਆਈ। ਔਰ ਇਹ ਸਭ ਨੂੰ ਪਤਾ ਕਿ ਮੈਂ ਅੱਜ ਤੱਕ ਮੇਰਾ ਇੱਕ ਰਿਕਾਰਡ ਮੈਂ ਆਪਣੇ ਦਾਇਰੇ ਤੇ ਰਹਿ ਕੇ ਕੰਮ ਕਰਦਾ। ਆਪਣੇ ਦਾਇਰੇ ਤੋਂ ਬਾਹਰ ਜਾਣ ਦਾ ਕਦੇ ਸੋਚੇ ਅੱਗੇ ਕੀ ਕੋਈ ਹੁੰਦਾ ਉਹ ਤਾਂ ਸਮਾਂ ਹੀ ਔਰ ਤੇ ਪਤਾ ਲੱਗੇਗਾ। ਪਰ ਕਹਿਣ ਦਾ ਮਤਲਬ ਇਹ ਹੈ ਕਿ ਜਿਹੜੀ ਮੇਰੀ ਮੰਗ ਹੈ ਮੇਰੇ ਕਕਾਰਾਂ ਦੀ ਜਿਹੜੀ ਉਹਨੇ ਬਿਆਜ ਦੀ ਕੀਤੀ ਹੈ ਜਾਣ ਬੁੱਝ ਕੇ ਚਲੋ ਜੇ ਮੈਂ ਹੱਥੋਂ ਪਾਈ ਹੁੰਦਾ ਉਹਦੇ ਨਾਲ ਜੇ ਦੋ ਅਸੀਂ ਦੋ ਜਾਣੇ ਹੱਥੋਂ ਪਾਈ ਹੁੰਦੇ ਪੱਗ ਉਤਰ ਜਾਂਦੇ ਇੱਕ ਵੱਖਰੀ ਗੱਲ ਸੀਗੀ ਪਰ ਮੇਰੀ ਪੱਗ ਉਤਾਰੀ ਗਈ ਹੈ। ਐਸ ਪੀ ਮੈਡਮ ਆਏ ਉੱਥੇ ਜੇ ਨਵੇਂ ਆਏ ਨੇ ਮੇਰੇ ਨਾਮ ਨੀ ਧਿਆਨ ਜੀ ਸ਼ਾਇਦ ਕਟਾਰੀਆ ਨਾਮ ਹੈ ਜਾਂ ਕਟਿਆਲ ਕੁਛ ਏਦਾਂ ਕਰਕੇ ਕਟਿਆਲ ਕਰਕੇ ਕੁਛ ਨਾਮ ਆਗਾ ਮੇਰੇ ਮਾਇੰਡ ਚ ਨੀ ਹੈਗਾ ਤੇ ਉਹਨਾਂ ਨੇ ਮੇਰੀ ਗੱਲਬਾਤ ਸੁਣੀ ਸਾਰੀ ਤੇ ਉਹਨਾਂ ਨੂੰ ਮੈਂ ਕਹਿ ਤਾ ਮੈਂ ਕਿਹਾ ਮੈਡਮ ਜੇ ਮੈਂ ਕੋਈ ਗਾਲ ਕੱਢੀ ਹੋਵੇ ਤਾਂ ਮੇਰੀ ਮੇਰੀ ਤੁਸੀਂ ਜਵਾਨ ਕੱਟ ਸਕਦੇ ਹੋ ਜੇ ਮੈਂ ਇਹਨਾਂ ਤੇ ਹੱਥ ਚੱਕਿਆ ਹੋਵੇ ਤਾਂ ਮੇਰੇ ਤੁਸੀਂ ਹੱਥ ਵੱਢ ਸਕਦੇ ਮੈਨੂੰ ਕੋਈ ਤਕਲੀਫ਼ ਨਹੀਂ ਹੋਏਗੀ ਜੇ ਮੈਂ ਗਲਤ ਕੀਤਾ। ਪਰ ਮੈਂ ਕਿਹਾ ਵੀ ਇੰਨੇ ਮੇਰੀ ਗ੍ਰਿਫ਼ਤਾਰ ਉਤਾਰੀ ਹੈ ਮੇਰੇ ਕਕਾਰਾਂ ਨੂੰ ਕਿੱਦਾਂ ਮੈਨੂੰ ਕੁੱਟਿਆ ਮਾਰਿਆ ਮੈਨੂੰ ਕੋਈ ਪਰਵਾਹ ਨਹੀਂ ਠੀਕ ਤੇ ਪਰ ਮੇਰੇ ਨੇ ਕਕਾਰ ਉਤਾਰੇ ਮੈਨੂੰ ਉਸ ਗੱਲ ਦਾ ਰੋਸ਼ ਹੈ ਤੇ ਮੈਂ ਇੱਕੋ ਗੱਲ ਫਿਰ ਉਹਨਾਂ ਪੁੱਛਿਆ ਤੂੰ ਕੀ ਤੁਸੀਂ ਕੀ ਚਾਹੁੰਦੇ ਹੋ ਮੈਂ ਕਿਹਾ ਜੀ ਮੈਂ ਇੱਕੋ ਗੱਲ ਚਾਹੁੰਦਾ ਵੀ ਇਹਨਾਂ ਦੀ ਜਿਹੜੀ 295 ਦਾ ਪਰਚਾ ਹੋਵੇ ਸਿੱਖ ਭਾਵਨਾ ਮੇਰੀ ਭਾਵਨਾਵਾਂ ਨੂੰ ਹਾਰਟ ਕੀਤਾ। ਦੂਜਾ ਗੱਲ ਵੀ ਇਹਨਾਂ ਦੀ ਜਿਹੜੀ ਬਰਖਾਸਤੀ ਹੋਣੀ ਚਾਹੀਦੀ ਜਿੰਨਾ ਮਰਜ਼ੀ ਕੁੱਟ ਲਾ ਮੇਰੀ ਪੱਗ ਹਿੱਲ ਰਹੀ ਹੈ ਮੇਰੀ ਪੱਗ ਮੇਰੀ ਕਕਾਰਾਂ ਦੀ ਬੇਇੱਜ਼ਤੀ ਨਹੀਂ ਹੋਣੀ ਚਾਹੀਦੀ ਮੈਂ ਕੋਈ ਨਸ਼ੇੜੀ ਨਹੀਂ ਹੈਗਾ।